ਮਾਮਲਾ ਸੀ ਜੀ? ਜੀ ਪਿੰਡ ਜੋਧਪੁਰ ਪੱਖ ਬੇਬੀ ਦਾ ਝਗੜਾ ਸੀਗਾ, ਲੇਡੀ ਸੀਗੀ ਸੁਖਜਿੰਦਰ ਕੌਰ, ਇਹਦਾ ਘਰ ਵਾਲਾ ਜਿਹੜਾ ਹੈਗਾ ਸੁਖਰਾਜ ਸਿੰਘ, ਇਹ ਸ਼ਰਾਬ ਪੀਣ ਕਰਦੀ ਸੀਗਾ, ਅਤੇ ਇਸ ਮੁਤਾਬਕ ਇਹਨਾਂ ਦਾ ਪਹਿਲਾਂ ਵੀ ਆਪਸ ਝਗੜਾ ਰਹਿੰਦਾ ਸੀ, ਅਤੇ ਰਾਤ ਨੂੰ ਕਰੀਬ 8:30-9 ਵਜੇ ਇਹ ਬੰਦਾ ਬਾਹਰੋਂ ਸ਼ਰਾਬ ਪੀ ਕੇ ਆਇਆ ਸੀ ਸੁਖਰਾਜ ਸਿੰਘ, ਅਤੇ ਘਰ ਇਹਨਾਂ ਦਾ ਆਪਸ 'ਚ ਉਸੇ ਗੱਲ ਕਰਕੇ ਝਗੜਾ ਹੋ ਗਿਆ, ਅਤੇ ਜਿਹੜੀ ਇਹਦੀ ਘਰ ਵਾਲੀ ਸੀ ਸੁਖਜਿੰਦਰ ਕੌਰ, ਉਹਨੇ ਤਹਿ ਸੋਚਾ ਕੇ ਅੰਦਰ ਦੇ ਪੈਟਰੋਲ ਚੁੱਕੀ ਅਤੇ ਸੁਖਰਾਜ ਸਿੰਘ ਨੂੰ ਬੀੜੀ ਵੜ ਕੇ ਇਸ ਤੋਂ ਬਾਅਦ ਇਹ ਆਦੇਸ਼ ਹਸਪਤਾਲ ਬਠਿੰਡਾ ਵਿਖੇ ਦਾਖਲ ਹੋ ਗਈ ਸੀ, ਜੇਰੇ ਇਲਾਜ ਸੀਗੀ 10 ਤਰੀਕ ਨੂੰ ਮੈਂ ਸਮੇਤ ਪੁਲਿਸ ਪਾਰਟੀ ਦੇ ਇਹਦੇ ਬਿਆਨ ਲੈਣ ਗਿਆ ਸੀ, ਉੱਥੇ ਡਾਕਟਰ ਸਾਹਿਬ ਨੇ ਇਹਨੂੰ 98% ਜਿਹੜੀ ਦੱਸਿਆ ਸੀਗਾ, ਅਤੇ ਹਾਲਾਤਾਂ ਨੂੰ ਦੇਖਦੇ ਹੋਏ ਇਹਨਾਂ ਦੇ ਮਰਦੇ ਸਮੇਂ ਦੇ ਬਿਆਨ ਇੱਕ ਵਾਰੀ ਡਾਕਟਰ ਸਾਹਿਬ ਮੂਹਰੇ ਹੋਏ ਸੀ, ਅਤੇ ਡਿਊਟੀ ਮੈਜਿਸਟਰੇਟ ਬਠਿੰਡਾ ਮੈਡਮ ਨੂੰ ਵੀ ਨੋਟ ਕਰਾਇਆ ਗਿਆ ਸੀ ਇਸ ਵਾਰ, ਅਤੇ ਉਹਦੇ 'ਚ ਮਰਦੇ ਸਮੇਂ ਦੇ ਬਿਆਨ 'ਚ ਵੀ ਇਹਨੇ ਕਿਹਾ ਸੀ ਵੀ ਐਂ ਕਰਕੇ ਸਾਡੀ ਲੜਾਈ ਹੋਈ ਸੀਗੀ, ਅਤੇ ਮੈਂ ਤਹਿਸ਼ ਚਾ ਕੇ ਪੈਟਰੋਲ ਪਾ ਲਿਆ ਅਤੇ ਇਹਨੇ ਬੰਦੇ ਨੇ ਮੈਨੂੰ ਜਲਾ ਤਾ, ਅਤੇ ਉਸ ਬਿਆਨਾਂ ਦੇ ਬਿਹਾਫ 'ਤੇ ਅਸੀਂ 1 ਵਜੇ 307 ਮੁਕੱਦਮਾ ਦਰਜ ਕਰ ਲਿਆ ਸੀ, ਅਤੇ ਕੱਲ੍ਹ ਮਿਤੀ 11 ਤਰੀਕ ਨੂੰ ਸਵੇਰੇ ਕਰੀਬ 1:45 ਲੇਡੀਜ਼ ਦੀ ਡੈਥ ਹੋ ਗਈ ਸੀਗੀ, ਉਸ ਤੋਂ ਬਾਅਦ ਲੇਡੀਜ਼ ਦਾ ਭਰਾ ਸੁਖਮੰਦਰ ਸਿੰਘ ਉਹਦੇ ਬਿਆਨਾਂ 'ਤੇ ਅਸੀਂ ਇਹਦੇ ਮੁਕੱਦਮੇ 'ਚ 302 ਦਾ ਵਾਧਾ ਕਰ ਚੁੱਕੇ ਹਾਂ। ਮੁਲਜ਼ਮ ਦੀ ਹਜੇ ਅਰੈਸਟ ਪੈਂਡਿੰਗ ਹੈ ਜੀ, ਰੇਡਸ ਕਰ ਰਹੇ ਹਾਂ, ਜਲਦੀ ਕੋਈ ਨਹੀਂ ਦੋਸ਼ੀ ਨੂੰ ਗ੍ਰਿਫਤਾਰ ਕਰਾਂਗੇ। ਲੜੋ ਲੜਾਈ ਕਰਨੀ ਤੀਜੇ ਨੰਬਰ ਦੇ ਨਾਲ ਮੁੰਡੇ ਦੇ ਨਾਲ ਆ 2 ਸਾਲ ਜਦੋਂ ਧੂੰਆਂ ਨਿਕਲਿਆ ਰੌਲਾ ਪਿਆ ਅਤੇ ਉਹਦਾ ਸਹੁਰਾ ਭੱਜ ਕੇ ਗਿਆ, ਜਦੋਂ ਉਹਨੇ ਬਚਾਇਆ ਅਤੇ ਉਹ ਆਪ ਵੀ ਮਰ ਗਿਆ, ਅਤੇ ਹੋਰ ਉਸ ਤੋਂ ਬਾਅਦ ਮੈਂ ਅਸੀਂ ਦੋਨਾਂ ਨੂੰ ਗੱਡੀ ਕਰਾ ਕੇ ਉਹਨੂੰ ਦੇਸ਼ 'ਚ ਚੁਕਾ ਤਾ ਅਤੇ ਉਹ ਵੀ ਚੁੱਕਿਆ।